ਸਤਿ ਸ਼੍ਰੀ ਅਕਾਲ ਜੀ। ਅੱਜ ਦੀ ਖੇਡ ਖੇਡ ਗਤੀਵਿਧੀ ਦਾ ਨਾਮ ਹੈ ਤਾਲਮੇਲ 3। ਇਸ ਖੇਡ ਨਾਲ ਬੱਚਿਆਂ ਦਾ ਤਾਲਮੇਲ ਬਣਦਾ ਹੈ ਅਤੇ ਬੱਚੇ ਆਪਸ ਵਿੱਚ ਬੈਲੈਂਸ ਬਣਾ ਕੇ ਖੇਡਣਾ ਵੀ ਸਿੱਖਦੇ ਹਨ। ਇਸ ਗੇਮ ਲਈ ਫੁਲਾਏ ਹੋਏ ਗੁਬਾਰੇ ਅਤੇ ਟੋਕਰੀ ਦੀ ਵਰਤੋਂ ਕੀਤੀ ਜਾਵੇਗੀ। ਇਹ ਤਾਲਮੇਲ 3 ਗਤੀਵਿਧੀ ਲਈ ਦੋ ਦੋ ਬੱਚਿਆਂ ਦੇ ਗਰੁੱਪ ਬਣਾਏ ਜਾਣਗੇ। ਬੱਚਿਆਂ ਨੂੰ ਫੁਲਾਇਆ ਹੋਇਆ ਗੁਬਾਰਾ ਦਿੱਤਾ ਜਾਵੇਗਾ। ਹਰੇਕ ਗਰੁੱਪ ਦੇ ਬੱਚੇ ਗੁਬਾਰੇ ਨੂੰ ਪੇਟ ਵਿਚਕਾਰ ਲੈ ਕੇ ਚੱਲਣਗੇ ਅਤੇ ਟੋਕਰੀ ਵਿੱਚ ਪਾਉਣਗੇ। ਇਸ ਤਰ੍ਹਾਂ ਇਹ ਗਤੀਵਿਧੀ ਹਰੇਕ ਗਰੁੱਪ ਨਾਲ ਕੀਤੀ ਜਾਵੇਗੀ। ਹੁਣ ਅਸੀਂ ਇਹ ਗੇਮ ਬੱਚਿਆਂ ਨੂੰ ਕਰਵਾ ਕੇ ਦੇਖਦੇ ਹਾਂ। ਜਸਮੀਤ ਤੇ ਅਰਨ, ਤੁਸੀਂ ਇਸ ਗੁਬਾਰੇ ਨੂੰ ਟੋਕਰੀ ਵਿੱਚ ਪਾਉਣਾ ਹੈ। ਸਟਾਰਟ। ਵੈਰੀ ਗੁੱਡ ਗੁਰਲੀਨ ਤੇ ਦੀਪਕ, ਹੁਣ ਤੁਹਾਡੀ ਟਰਨ ਹੈ, ਇਸ ਗੁਬਾਰੇ ਨੂੰ ਟੋਕਰੀ ਵਿੱਚ ਪਾਓ। ਵੈਲ ਡਨ ਨਵਦੀਪ ਤੇ ਭੁਪਿੰਦਰ, ਹੁਣ ਤੁਹਾਡੀ ਟਰਨ ਹੈ, ਇਸ ਤਰ੍ਹਾਂ ਘਰ ਵਿੱਚ ਬੱਚਿਆਂ ਨੂੰ ਇਹ ਗੇਮ ਕਰਵਾ ਸਕਦੇ ਹਾਂ, ਜਿਸ ਨਾਲ ਬੱਚੇ ਆਪਸ ਵਿੱਚ ਬੈਲੈਂਸ ਬਣਾ ਕੇ ਖੇਡਣਾ ਸਿੱਖਦੇ ਹਨ ਅਤੇ ਬੱਚਿਆਂ ਦਾ ਆਪਸੀ ਤਾਲਮੇਲ ਵੀ ਬਣਦਾ ਹੈ। ਥੈਂਕ ਯੂ।